रोक रोक के गई होए, तो मेरा शेर जवाब मार दिता। ताहां मार मार के रो रही इस मां दे पुत नूं वी नशा लै बैठा है। इस मां दे 6 फुट दे पुत नूं नशे ने मिंटां च मिट्टी कर दिता। मामला माछीवाड़ा दे नेड़ले पिंड शताबगढ़ दा है, जिथों दे 33 साल नौजवान बलबीर सिंह दी नशे कारण मौत हो गई। लाश पिंड बहलोलपुर दे किन्नर महंत दे घर दे बाहर मिली। मृतक बलवीर दी मां ने रेणू महंत ते दोष लगाए ने कि उस दे पुत दी इस किन्नर वल्लों दिते नशे दे कारण मौत हुई है। ओ मैं मत नु रोक रोक के गई होए, ओ मेरा शेर जवाब मैं नु मार दिता। ओ मेरा शेर की माता जी होया किसी बेटे नु जी है ए मत नशा बेचदा मैं नु कही आई रोक के गई। मैं कहा मेरे पुत्र नशा ना दे, ਲੋਲਪੁਰ ਵੀ ਦੱਸਦਾ ਵੀ ਆਵਾਜਾਈ ਰਾਤ ਦਿਨ ਨਸ਼ੇ ਦੀ ਬੰਦਿਆਂ ਦੀ ਬਣੀ ਰਹਿੰਦੀ। ਤੁਸੀਂ ਕੀ ਕਹਿੰਦੇ ਹੋ ਇਹਦੀ ਮੌਤ ਕਿਸ ਤਰ੍ਹਾਂ ਹੋਈ ਹੈਗੀ ਜੀ? ਨਸ਼ਾ ਦਿੱਤਾ ਹੀ ਨਸ਼ੇ ਦੇ ਹੋਰ ਦਿੰਦੇ ਸੀ। ਮੈਂ ਕਈ ਵਾਰੀ ਰੋਕ ਕੇ ਵੀ ਗਈ ਆ, ਜਿਹਨਾਂ ਨੂੰ ਕਈ ਵਾਰੀ ਮੈਂ ਡੱਕ ਕੇ ਗਈ ਆ, ਫਿਰ ਉਹਨੂੰ ਸੱਦ ਵੀ ਲਿਆਉਂਦੇ ਸੀ ਤੇ ਨਸ਼ਾ ਵੀ ਇਹਨੂੰ ਦਿੰਦੇ। ਕਿਹਨੇ ਨਸ਼ਾ ਕਿਹਨੇ ਦਿੱਤਾ? ਮੰਤ ਨੇ ਦਿੱਤਾ ਜੀ। ਤੇ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਹਾਂਜੀ, ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਕੀ ਕਰਨਾ ਜੀ ਹੁਣ? ਮੇਰੇ ਪੁੱਤਰ ਨੂੰ ਤੇ ਖਤਮ ਕਰ ਦਿੱਤਾ, ਇਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ, ਇਹਨਾਂ ਨੂੰ ਵੀ ਸਜ਼ਾ ਲੱਗਣੀ ਚਾਹੀਦੀ। ਮੇਰੇ ਬੱਚੇ ਦੇ 3 ਬੱਚੇ ਨੇ, ਮੇਰੇ ਤੇ ਰੋਂਦੇ ਫਿਰਨੇ ਨੇ, ਇਹਨਾਂ ਨੂੰ ਵੀ ਕਤਲ ਸਜ਼ਾ ਹੋਣੀ ਚਾਹੀਦੀ। ਮੇਰੇ ਬੱਚੇ ਦਾ ਇਹਨਾਂ ਕਤਲ ਕਰ ਦਿੱਤਾ। ਪਿੰਡ ਵਾਸੀਆਂ ਨੇ ਦੋਸ਼ ਲਗਾਉਂਦਿਆਂ ਕਿਹਾ ਕਿ ਕਿੰਨਰ ਦੇ ਡੇਰੇ ਅੰਦਰ ਹਰ ਤਰ੍ਹਾਂ ਦਾ ਨਸ਼ਾ ਚੱਲਦਾ ਹੈ। ਪਿੰਡ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰ, ਜੋ ਵੀ ਦੋਸ਼ੀ ਹੈ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਸਰ, ਨੌਜਵਾਨ ਦੀ ਮੌਤ ਹੋਈ ਹੈਗੀ ਮਹੰਤਾਂ ਦੇ ਡੇਰੇ ਦੇ ਵਿੱਚ, ਤੇ ਕੀ ਕਹਿਣਾ ਚਾਹੋਗੇ? ਜੇ ਜਿਹੜੀ ਨੌਜਵਾਨ ਦੀ ਮੌਤ ਹੋਈ ਹੈ, ਪਹਿਲਾਂ ਤੁਹਾਨੂੰ ਬੜਾ ਦੁੱਖ ਹੈ। ਨੌਜਵਾਨ ਮੁੰਡਾ ਸੀ, ਇਹਦੇ ਮਾਪਿਆਂ ਨੇ ਕਈ ਵਾਰ ਇਹਨੂੰ ਸੈਂਟਰ ਚ ਵੀ ਭੇਜਿਆ, ਸੈਂਟਰ ਤੋਂ ਬਾਅਦ ਇਹ ਜੋ ਕਈ ਲੋਕ ਗੱਲ ਨੂੰ ਗੋਲ ਮੋਲ ਕਰਦੇ ਨੇ, ਇਹ ਜੋ ਡੇਰਾ ਮਹੰਤਾਂ ਦਾ, ਇਹਦੇ ਵਿਚ ਸੁਲਫਾ, ਚਿੱਟਾ, ਸ਼ਰਾਬ, ਡੋਡੇ, ਭੁੱਕੀ ਸਭ ਕੁਝ ਚੱਲਦਾ, ਕਿਉਂਕਿ ਇਹ ਇੱਕ ਮਹੰਤ ਹੋਣ ਦੇ ਨਾਤੇ, ਆਪਣੇ ਮਹੰਤ ਹੋਣ ਦੇ ਨਾਤੇ ਦੇ ਵਿਚ ਲੋਕਾਂ ਨੂੰ ਬਲੈਕਮੇਲ ਕੀਤਾ ਜਾਂਦਾ। ਔਰ ਜੋ ਸਾਡਾ ਭਤੀਜਾ ਹੀ ਲੱਗਦਾ ਮਜ਼੍ਹਬੀ ਸਿੱਖਾਂ ਦੇ ਵਿਚੋਂ, ਉਹਦਾ ਮੁੰਡਾ ਵੀ ਇਹਨਾਂ ਕੋਲ ਆ ਕੇ ਇਸੇ ਚੀਜ਼ ਦੱਸਦੀ ਆ। ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਕਿ ਪ੍ਰਸ਼ਾਸਨ ਸਾਨੂੰ ਇਸ ਕੇਸ ਦੇ ਵਿਚ ਪੂਰਾ ਇਨਸਾਫ ਦਊਗਾ, ਪੂਰਾ ਇਨਸਾਫ ਦੇਣਗੇ। ਔਰ ਅਸੀਂ ਅੱਜ ਤੋਂ ਪਰਨ ਕਰਦੇ ਆ ਵੀ ਉਰੇ ਜੇ ਕੋਈ ਵੀ ਕੰਮ ਗਲਤ ਹੋਇਆ, ਅਸੀਂ ਪੂਰਾ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ। ਔਰ ਪ੍ਰਸ਼ਾਸਨ ਨੂੰ ਦੱਸ ਕੇ ਆਵਾਂਗੇ ਜੋ ਇਹਨਾਂ ਨੇ ਸਾਡਾ ਵਿਗਾੜਨਾ ਉਹ ਵਿਗਾੜਨ ਲੈਣ। ਕਈ ਵਾਰ ਲੋਕ ਮਹੰਤ ਹੋਣ ਦੇ ਨਾਤੇ ਤੇ ਇਹਨਾਂ ਤੋਂ ਡਰੀ ਜਾਂਦੇ ਨੇ, ਪਰ ਅੱਜ ਤੋਂ ਬਾਅਦ ਕਿਉਂ ਬਾਬਾ ਲਾਭ ਸਿੰਘ ਜੀ ਮੇਰੇ ਦੋਸਤ ਨੇ, ਬਹੁਤ ਪਿਆਰੇ ਮਿੱਤਰ ਨੇ, ਅੱਜ ਇਹਨਾਂ ਦੇ ਭਾਣਜੇ ਦੀ ਡੈਥ ਹੋਈ ਆ, ਕੱਲ ਨੂੰ ਕਿਸੇ ਧੀ ਦੀ, ਪੁੱਤ ਦੀ ਹੋ ਸਕਦੀ ਆ, ਕਿਸੇ ਬਜ਼ੁਰਗ ਦੀ ਹੋ ਸਕਦੀ ਆ। ਸੋ ਅਸੀਂ ਅੱਜ ਜੋ ਸਾਡਾ ਭਾਣਜਾ ਬਲਬੀਰ ਸਿੰਘ ਸਪੁੱਤਰ ਸਰਦਾਰ ਗੁਰਨਾਮ ਸਿੰਘ ਪਿੰਡ ਸ਼ਤਾਬਗੜ੍ਹ ਤੋਂ ਪਿਛਲੇ 2-4 ਸਾਲਾਂ ਤੋਂ ਨਸ਼ਾ ਕਰਨ ਦਾ ਆਦੀ, ਇਹਨਾਂ ਵੱਲੋਂ ਜਾਂ ਹੋਰ ਜਿਹੜੇ ਵੀ ਨਸ਼ਾ ਵੇਚਦੇ ਨੇ ਉਹਨਾਂ ਵੱਲੋਂ ਉਹਨੂੰ ਨਸ਼ਾ ਕਰਨ ਦਾ ਆਦੀ ਬਣਾਇਆ ਗਿਆ, ਮਾਂ ਦੇ ਰੋਕਣ ਤੇ, ਕਈ ਪਰਿਵਾਰਾਂ ਦੇ ਰਿਸ਼ਤੇਦਾਰਾਂ ਦੇ ਰੋਕਣ ਤੇ ਉਹ ਜੇ ਰੁਕਦਾ ਸੀ, ਅਸੀਂ 2 ਵਾਰੀ ਨਸ਼ਾ ਛਡਾਊ ਕੇਂਦਰ ਵੀ ਛੱਡਿਆ, ਪਰ ਜਦੋਂ ਉਹ ਛੱਡ ਕੇ ਆਉਂਦਾ, ਮਾਂ ਨੇ 50-50 ਹਜ਼ਾਰ ਰੁਪਇਆ ਕਈ ਵਾਰੀ ਪਿੰਡ ਚੋਂ ਗ੍ਰਾਹੀ ਕਰਕੇ ਵੀ ਅਸੀਂ ਨਸ਼ਾ ਛਡਾਉਣ ਵਾਸਤੇ ਉਹਦਾ ਯਤਨ ਕਰਿਆ, ਜਦੋਂ ਛੱਡ ਕੇ ਆਉਂਦਾ ਕਿਹੜੇ ਤਰੀਕੇ ਸੱਦਦੇ ਨੇ, ਫੋਨ ਤੇ ਸੱਦਦੇ ਨੇ, ਸੁਨੇਹੇ ਰਾਹੀਂ ਸੱਦਦੇ ਨੇ, ਸਾਨੂੰ ਪਤਾ ਨੀ ਵੀ ਇੱਥੇ ਕਿਵੇਂ ਪਹੁੰਚੇ ਹੈ, ਐਂਡ ਦੇ ਵਿੱਚ ਇਹਨਾਂ ਦਾ ਘਰ ਹੈ, ਮੌਤ ਉਹਦੀ ਕਿਵੇਂ ਹੋਈ ਹੈ, ਕੀ ਕਾਰਨ ਬਣਿਆ, ਨਸ਼ੇ ਦਾ ਕਾਰਨ ਹੈ, ਮਾਰ ਕੁਟਾਈ ਦਾ ਕਾਰਨ ਹੈ, ਉਹ ਇਹਨਾਂ ਨੂੰ ਪਤਾ। ਤੇ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ, ਪ੍ਰਸ਼ਾਸਨ ਸਾਥ ਦੇ ਰਿਹਾ, ਵੈਸੇ ਕੋਈ ਏਦਾਂ ਦੀ ਗੱਲ ਨੀ, ਸਾਨੂੰ ਕੋਈ ਇਤਰਾਜ਼ ਨਹੀਂ ਹੈ ਪ੍ਰਸ਼ਾਸਨ ਤੋਂ, ਅਜੇ ਅਸੀਂ ਇਹ ਉਹਨਾਂ ਅੱਗੇ ਮੰਗ ਰੱਖੀ ਆ, ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ, ਇਹਨਾਂ ਤੇ ਕਾਰਵਾਈ ਕਰਨਗੇ। ਤੇ ਮੈਂ ਹੋਰਾਂ ਨੂੰ ਵੀ ਬੇਨਤੀ ਕਰਾਂਗਾ, ਮੈਂ ਪਿੰਡ ਵਾਲਿਆਂ ਨੂੰ ਵੀ ਬੇਨਤੀ ਕਰਾਂਗਾ, ਜੇ ਕੋਈ ਨਸ਼ਾ ਵੇਚਦਾ ਭਾਈ, ਚੌਂਕੀ ਪੁਲਿਸ ਥਾਣੇ ਸੱਚੀ ਇਤਲਾਹ ਦਿਓ ਤੇ ਅਗਲੇ ਤੇ ਕਾਰਵਾਈ ਕਰਾਓ। ਅੱਜ ਸਾਡਾ ਬੱਚਾ ਭਾਣਜਾ ਪੂਰਾ ਹੋਇਆ, ਕੱਲ ਨੂੰ ਕਿਸੇ ਦੇ ਘਰ ਵੀ ਇਹ ਬਿਮਾਰੀ ਇਹ ਜਾ ਸਕਦੀ ਹੈ, ਅੱਗ ਦਾ ਕੋਈ ਪਤਾ ਨਹੀਂ ਹੈ, ਜਦੋਂ ਅੱਗ ਬਲੇ ਇਹ ਕਿਸੇ ਦੇ ਘਰ ਵੀ ਜਾ ਸਕਦੀ ਹੈ, ਇਸ ਕਰਕੇ ਇਹਨੂੰ ਰੋਕਿਆ ਜਾਵੇ। ਪਿੰਡ ਚ ਕੋਈ ਵੀ ਨਸ਼ਾ ਵੇਚਦਾ, ਸ਼ਰਾਬ ਵੇਚਦਾ, ਉਤਲਾਹ ਦੇ ਕੇ ਰੋਕਿਆ ਜਾਵੇ ਤੇ ਅੱਗੇ ਤੋਂ ਨੁਕਸਾਨ ਹੋਣਾ ਬਚਾਇਆ ਜਾਵੇ। ਤੇ ਇਹ ਨਸ਼ੇ ਦੀ ਗਵਾਹੀ ਪਿੰਡ ਵੀ ਭਰਦਾ ਜੀ, ਇੱਥੇ ਹੋਰ ਵੀ ਨਸ਼ੇ ਵਾਲੇ ਮੁੰਡੇ ਆਉਂਦੇ ਨੇ, ਇਹ ਸਾਬਕਾ ਸਰਪੰਚ ਨੇ,
ਇਹ ਸੋਸਾਇਟੀ ਦੇ ਪ੍ਰਧਾਨ ਨੇ ਸਾਬਕਾ ਨੇ ਜਾਂ ਮੌਜੂਦਾ ਨੇ ਜੇ ਪਤਾ ਨਹੀਂ ਪਿੰਡ ਬਲੋਲਪੁਰ ਦੇ ਵੀ ਜਿਹੜੇ ਮਹਤਵਰ ਬੰਦੇ ਨੇ ਸਾਰੇ ਕਹਿੰਦੇ ਨੇ ਵੀ ਇੱਥੇ ਨਸ਼ੇੜੀ ਬੰਦੇ ਕਈ ਆਉਂਦੇ ਨੇ। ਉਧਰ ਕਿਰਨ ਮਹੰਤ ਰੇਨੂ ਨੇ ਲੱਗੇ ਦੋਸ਼ਾਂ ਬਾਰੇ ਕੀ ਕਿਹਾ ਆਓ ਇਹ ਵੀ ਸੁਣਦੇ ਆ। ਕੀ ਕਹਿਣਾ ਚਾਹੁੰਦੇ ਤੁਸੀਂ ਤੁਹਾਡੇ ਥੋੜੇ ਕਿਉਂ ਵੀ ਨਹੀਂ ਮੇਰੇ ਬੱਚੇ ਮੇਰੀ ਗੱਲ ਸੁਣੋ ਪਰ ਅਸੀਂ ਸਾਰੇ ਲੋਕਾਂ ਲਈ ਸੁੱਖ ਮੰਗਦੇ ਆ ਪਰ ਵੱਡ ਸਾਨੂੰ ਨਹੀਂ ਪਤਾ ਹੈਗਾ ਵੀ ਕੌਣ ਬਾਹਰ ਕੌਣ ਨਹੀਂ। ਸਾਡੇ ਘਰੇ ਗੇਟ ਲੱਗ ਜਾਂਦਾ ਸਾਡੇ ਘਰ ਉਹਦੇ ਬਾਅਦ ਕਿਸੇ ਦੀ ਐਂਟਰੀ ਨਹੀਂ ਹੈ ਚਾਹੇ ਕੁਛ ਮਰਜ਼ੀ ਹੋ ਜਾਵੇ। ਗੋਤੀ ਪੁੱਤ ਰਾਤ ਨੂੰ ਇਸ ਘਰ ਦੇ ਵਿੱਚ ਕਿਸੇ ਦੀ ਐਂਟਰੀ ਹੈਗੀ ਹੈ ਕਿਸੇ ਦੀ ਨਹੀਂ ਹੈ। ਜਦੋਂ ਇੱਕ ਵਾਰੀ ਲੋਕ ਲੱਗ ਗਿਆ ਸਾਡੇ ਘਰ ਨੂੰ ਤਾਂ ਐਂਟਰੀ ਨਹੀਂ। ਪੁੱਤ ਤੂੰ ਵੀ ਤੈਨੂੰ ਵੀ ਪਤਾ ਬੱਚੇ ਮਾਤਾ ਜੀ ਕੋਲ ਮੇਰਾ ਭਰਾ ਆਇਆ ਇੱਥੇ ਰਾਣਾ ਬਾਬਾ ਉਹ ਆਇਆ ਅੰਦਰ ਕਹਿੰਦਾ ਮਾਤਾ ਜੀ ਉੱਠੋ ਉੱਠੋ ਬਾਹਰ ਕੀ ਹੋਇਆ ਤੇ ਬੜੀ ਮਾਤਾ ਬਾਹਰ ਨਿਕਲੀ ਬੜੀ ਮਾਤਾ ਨਿਕਲੀ ਬਾਹਰ ਬੜੀ ਮਾਤਾ ਨੇ ਮੈਨੂੰ ਅੰਦਰ ਜਾ ਕੇ ਥਾਲਿਆ ਗੇਟ ਖੜਕਾਇਆ ਮੇਰਾ ਵੀ ਉੱਠ ਪੁੱਤ ਬਾਹਰ ਦੇਖ ਕੀ ਹੋਇਆ। ਅਸੀਂ ਤਾਂ ਮੇਰੇ ਤਾਂ ਅੰਦਰ ਆਪਣੇ ਜਿਹੜਾ ਏਸੀ ਵਾਲਾ ਰੂਮ ਹੈ ਮੇਰਾ ਉੱਥੇ ਵੀ ਮੇਰੀ ਅੰਦਰ ਕੁੰਡੀ ਲੱਗ ਜਾਂਦੀ ਹੈ। ਮੈਂ ਉੱਠ ਜੀ ਉਹ 10-11 ਵਜੇ ਆ। ਮਾਂ ਜੀ ਇਹ ਜਿਹੜਾ ਇਹ ਬਲਵੀਰ ਸਿੰਘ ਮੁੰਡਾ ਜਿਹੜਾ ਇਹ ਅੱਗੇ ਵੀ ਤੁਹਾਡੇ ਕੋਲ ਇੱਥੇ ਆਉਂਦਾ ਜਾਂਦਾ ਜਾਂ ਕਦੇ ਕਿਵੇਂ? ਸਾਡੇ ਕੋਲ ਅੱਗੇ ਕਦੇ ਨਹੀਂ ਆਉਂਦਾ ਜਾਂਦਾ। ਇੱਕ ਵਾਰੀ ਆਇਆ ਸੀ ਕਿ ਮਾਤਾ ਜੀ ਮੇਰਾ ਵਪਾਰ ਨਹੀਂ ਚੱਲਦਾ ਹੈਗਾ ਜੰਗਰਾਂ ਦਾ ਮੈਨੂੰ ਕੋਈ ਧਾਗਾ ਦਵੋ ਬਸ। ਫੇਰ ਨੀ ਸਾਡੇ ਘਰ ਆਇਆ ਹੈ ਵੀ ਮੈਨੂੰ ਧਾਗਾ ਦੋ ਮਾਤਾ ਜੀ ਮੇਰਾ ਡੰਗਰਾਂ ਦਾ ਵਪਾਰ ਦਾ ਕੰਮ ਨਹੀਂ ਚੱਲਦਾ ਮੈਨੂੰ ਮਾਤਾ ਜੀ ਖਜ਼ਾਨਾ ਦੋ ਤੇ ਉਹਦੇ ਬਾਅਦ ਸਾਡੇ ਘਰ ਨਹੀਂ ਐਂਟਰ ਹੋਇਆ ਇਹ। ਸਮਰਾਲਾ ਦੇ DSP ਹਰਵਿੰਦਰ ਖਹਿਰਾ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉੱਥੇ ਰੇਨੂ ਮਹੰਤ ਤੇ ਲੱਗੇ ਦੋਸ਼ਾਂ ਬਾਰੇ ਕੀ ਕਹਿਣਾ ਆਓ ਇਹ ਵੀ ਸੁਣੋ। ਇਹਦੇ ਵਿੱਚ ਬਲਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਸਤਾਪਗੜ ਦਾ ਹੈ 33 ਸਾਲ ਦੀ ਉਮਰ ਹੈ। ਇਹਦੇ ਪਰਿਵਾਰ ਵੱਲੋਂ ਦੱਸਿਆ ਗਿਆ ਸੀ ਵੀ ਇਹ ਬੰਦਾ ਨਸ਼ੇ ਕਰਨ ਆਦੀ ਸੀਗਾ ਅਤੇ ਪੁਰਾਣੇ ਸਮੇਂ ਤੋਂ ਕਰ ਰਿਹਾ। ਇਹਨੂੰ ਕਈ ਵਾਰੀ ਕੇਂਦਰ ਵਿੱਚ ਵੀ ਸੈਂਟਰਾਂ ਵਿੱਚ ਵੀ ਦਾਖਲੇ ਨੂੰ ਕਰਾਇਆ ਗਿਆ ਪਰ ਇਹ ਜਦੋਂ ਵਾਪਸ ਘਰ ਆ ਜਾਂਦਾ ਫਿਰ ਕੁਛ ਨਾ ਕੁਛ ਨਸ਼ਾ ਜਾਂ ਸੁਲਫਾ ਵਗੈਰਾ ਇਹ ਪੀਂਦਾ। ਜਿਵੇਂ ਹੁਣ ਪਤਾ ਲੱਗਿਆ ਵੀ ਇੱਕ ਬਲੋਲਪੁਰ ਪਿੰਡ 'ਚ ਰੇਨੂ ਮਹੰਤ ਆ। ਰੇਨੂ ਮਹੰਤ ਕੋਲ ਜਾਂਦਾ ਸੀਗਾ। ਰੇਨੂ ਮਹੰਤ ਜਿਹੜੀ ਆ ਉਹ ਉੱਥੇ ਸੁਲਫਾ ਸਫਾ ਪੀਂਦੀ ਹੈ, ਚੌਂਕੀ ਲਾਉਂਦੀ ਆ। ਉਹਦੇ ਕੋਲ ਕਈ ਲੋਕ ਉੱਥੇ ਸ਼ਰਧਾਲੂ ਪੁੱਛਿਆ ਵਾਲੇ ਵੀ ਆਉਂਦੇ ਨੇ। ਇਹਨਾਂ ਨੇ ਉਹਦੇ 'ਤੇ ਸ਼ੱਕ ਜ਼ਾਹਰ ਕੀਤਾ ਵੀ ਸਾਡਾ ਜਿਹੜਾ ਬੰਦਾ ਉਹਦੇ ਕੋਲ ਕੋਈ ਉਹਨੇ ਜ਼ਹਿਰੀਲੀ ਚੀਜ਼ ਦਿੱਤੀ ਆ ਜਾਂ ਕੋਈ ਉਹਨੂੰ ਨਸ਼ਾ ਦਿੱਤਾ, ਜਿਸ ਕਰਕੇ ਇਹਦੀ ਅੱਜ ਡੈੱਡ ਬੋਡੀ ਜਿਹੜੀ ਆ ਬਲੋਲਪੁਰ ਪਿੰਡ ਦੇ ਵਿੱਚੋਂ ਮਹੰਤ ਦੇ ਘਰ ਦੇ ਲਾਗੋਂ ਮਿਲੀ ਹੈ ਅਤੇ ਹੁਣ ਵੀ ਪੋਸਟਮਾਰਟਮ ਕਰਵਾ ਰਹੇ ਹਾਂ। ਹੋਰ ਇਹਦੇ ਪਰਿਵਾਰ ਦੇ ਬ੍ਰਾਂਡ ਉੱਤੇ ਜਿਹੜਾ ਹੈਗਾ ਉਹ ਪਰਚਾ ਦੇ ਰਹੇ ਹਾਂ ਮਹੰਤ ਰੇਨੂ ਦੇ ਖਿਲਾਫ਼। ਉੱਥੇ ਪਹਿਲਾਂ ਵੀ ਪਿੰਡ ਦੇ ਵਿੱਚ ਕੋਈ ਇੱਧਰ ਸਾਹਮਣੇ ਆਇਆ ਮਾਮਲਾ ਵੀ ਉਹ ਮਹੰਤ ਨਸ਼ੇ ਵਗੈਰਾ ਵੀ ਚਲਾ ਜਾ ਕਰਦਾ? ਨਹੀਂ, ਪੰਚਾਇਤ ਨਾਲ ਗੱਲਬਾਤ ਹੋਈ, ਪੰਚਾਇਤ ਨੇ ਕਿਹਾ ਤਾਂ ਹੈ ਵੀ ਇਹ ਮਹੰਤ ਨਸ਼ੇ ਪੀਂਦਾ, ਪਰ ਜਿਹੜੀ ਉੱਥੇ ਚੌਂਕੀ ਬੈਠੀ ਹੋਈ ਆ ਜਾਂ ਚੌਂਕੀ ਨੂੰ ਕਿਸੇ ਨੇ ਤਲਾਹ ਨਹੀਂ ਦਿੱਤੀ ਨਾ ਕਿਸੇ ਨੂੰ ਪਤਾ ਲੱਗਿਆ ਅਤੇ ਉਹ ਸੁਲਫਾ ਵਗੈਰਾ ਪੀਂਦਾ ਸੀਗਾ ਮਹੰਤ, ਜਿਹੜੀ ਭੰਗ ਮਲ ਕੇ ਹੱਥ ਨਾਲ ਪੀਂਦੇ ਆ ਉਹ ਪੀਂਦਾ ਜ਼ਿਆਦਾਤਰ। ਕੋਈ ਉਹਦੇ ਬਾਅਦ ਉੱਤੇ ਨਿਸ਼ਾਨ ਜਾਂ ਟੀਕੇ ਦਾ ਕੋਈ ਜਿਹੜਾ ਮਰਿਆ ਮੁੰਡਾ ਉਹਦੇ ਕੁਛ ਹੋਇਆ? ਨਹੀਂ, ਕੋਈ ਨਿਸ਼ਾਨ ਤਾਂ ਨਹੀਂ ਦੱਸਿਆ, ਪਰ ਫਿਰ ਵੀ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂ ਕਿ ਉਹਦੀ ਡੈਥ ਕਿਵੇਂ ਹੋਈ ਹੈ। ਮ੍ਰਿਤਕ ਬਲਵੀਰ ਸਿੰਘ ਵਿਆਹਿਆ ਹੋਇਆ ਸੀ ਜਿਸ ਦੇ 3 ਛੋਟੇ ਛੋਟੇ ਬੱਚੇ ਸਨ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ 'ਚ ਕੀ ਕਾਰਵਾਈ ਕਰਦੀ ਹੈ। ਮਾਛੀਵਾੜਾ ਤੋਂ ਗੁਰਦੀਪ ਟੱਕਰ ਦੀ ਰਿਪੋਰਟ, ਜਗਬਾਣੀ TV। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ।